ਐਕਸਪਰਟਿਸ, ਸੁਪਰਿਟੈਂਡੈਂਟ ਆਫ ਪੁਲਿਸ ਦੀ ਫੀਲਿੰਗ ਲੈ ਕੇ ਅਲੱਗ ਅਲੱਗ ਦੁਕਾਨਾਂ ਤੇ ਰੇਹੜੀਆਂ ਵਾਲਿਆਂ ਕੋਲੋਂ ਮੁਫ਼ਤ ਦਾ ਸਮਾਨ ਖਾਣ ਵਾਲੇ ਇੱਕ ਨਕਲੀ DSP ਨੂੰ ਥਾਣਾ ਟਿੱਬਾ ਦੀ ਪੁਲਿਸ ਨੇ ਬੀਤੀ ਰਾਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਟਿੱਬਾ ਰੋਡ ਤੇ ਰਾਹੁਲ ਬੱਗਾ ਨਾਮ ਦਾ ਵਿਅਕਤੀ ਆਪਣੇ ਆਪ ਨੂੰ DSP ਦੱਸ ਕੇ ਲੋਕਾਂ ਤੇ ਰੋਪ ਬਣਾ ਕੇ ਉਹਨਾਂ ਪਾਸੋਂ ਖਾਣ ਪੀਣ ਦਾ ਸਮਾਨ ਪੈਕ ਕਰਵਾ ਬਿਨਾਂ ਪੈਸੇ ਦਿੱਤਿਆਂ ਲੈ ਕੇ ਜਾਂਦਾ ਸੀ। ਪੈਸੇ ਮੰਗਣ ਦੀ ਸੂਰਤ ਵਿੱਚ ਉਕਤ ਨਕਲੀ DSP ਵੱਲੋਂ ਦੁਕਾਨ ਬੰਦ ਕਰਵਾਉਣ ਅਤੇ ਕਿਸੇ ਝੂਠੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਪਰ ਇਸ ਵਾਰ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਉਸ ਨਕਲੀ DSP ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਥਾਣਾ ਮੁਖੀ ਪਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਬੱਗਾ ਨਾਮ ਦੇ ਵਿਅਕਤੀ ਨੂੰ ਹੂਟਰ ਲੱਗੀ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਲੋਕਾਂ ਨੂੰ ਨਕਲੀ DSP ਬਣ ਕੇ ਡਰਾ ਧਮਕਾ ਕੇ ਉਹਨਾਂ ਪਾਸੋਂ ਖਾਣ ਪੀਣ ਦਾ ਸਮਾਨ ਲੈ ਜਾਂਦਾ ਸੀ। ਉਹਨਾਂ ਕਿਹਾ ਕਿ ਆਰੋਪੀ ਵਿਅਕਤੀ ਕੋਲੋਂ ਬਰਾਮਦ ਕੀਤੀ ਗਈ ਕਾਰ ਤੇ ਹੂਟਰ ਲੱਗਾ ਸੀ ਅਤੇ ਪ੍ਰੈਸ ਵੀ ਲਿਖਵਾਇਆ ਹੋਇਆ ਸੀ, ਜਿਸ ਸੰਬੰਧੀ ਉਹ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕਿਆ। ਥਾਣਾ ਮੁਖੀ ਨੇ ਕਿਹਾ ਕਿ ਆਰੋਪੀ ਖਿਲਾਫ਼ ਅਲੱਗ ਅਲੱਗ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਸ਼ਿਕਾਇਤ ਮਿਲੀ ਸੀ ਤੇ ਰਾਹੁਲ ਬੱਗਾ ਨਾਂ ਦਾ ਇੱਕ ਵਿਅਕਤੀ ਹੈ, ਉਹ ਆਪਣੇ ਆਪਣੇ DSP ਦੱਸ ਕੇ ਤੇ ਰੇਹੜੀਆਂ ਤੋਂ ਬਰਗਰ ਤੋਂ ਹੋਟਲਾਂ ਤੋਂ ਫ੍ਰੀ ਦਾ ਸਮਾਨ ਲੈਂਦਾ ਸੀ ਤੇ ਪੈਸਾ ਕੇ ਧਮਕੀਆਂ ਦੇ ਕੇ ਲੈ ਕੇ ਜਾਂਦਾ ਸੀਗਾ, ਜਿਸ ਨੂੰ ਅੱਜ ਫਿਰ ਆਇਆ ਸਾਡੇ ਏਰੀਏ 'ਚ ਤੇ PCR ਮੁਲਾਜ਼ਮਾਂ ਨੇ ਮਤਨਾ ਉਹਨੂੰ ਕਾਬੂ ਕੀਤਾ ਤੇ ਉਹਨੇ ਗੱਡੀ ਆਈਡੈਂਟੀ ਗੱਡੀ ਹੋਟਲ ਲਵਾਇਆ ਹੋਇਆ ਤੇ ਪ੍ਰੈਸ ਲਿਖਾਇਆ ਹੋਇਆ ਗੱਡੀ ਦੇ ਉੱਪਰ ਤੇ ਉਸ ਬੰਦੇ ਨੂੰ ਪਰਚਾ ਦੇ ਕੇ ਜੇਲ੍ਹ ਭੇਜ। ਬਿਊਰੋ ਰਿਪੋਰਟ, ਲੁਧਿਆਣਾ ਵਿਊ।